ਸਿੱਖ ਕੌਮ ਰਹੀ ਦੁਨੀਆ ਤੱਕ ਇਮਰਾਨ ਖਾਨ ਜੀ ਦਾ ਸਤਕਾਰ ਕਰਦੀ ਰਹੇਗੀ ਉਹਨਾਂ ਦੇ ਦਿਲਾਂ ਦੇ ਵਿੱਚ ਪਿਆਰ ਰਹੇਗਾ ਸਾਰੀ ਸਿੱਖ ਸੰਗਤ ਦੇ ਕਿ ਜਿਨ੍ਹਾਂ ਦੀ ਵਜ੍ਹਾ ਕਰਕੇ ਇਮਰਾਨ ਖਾਨ ਸਾਹਿਬ ਜੀ ਦੀ ਵਜ੍ਹਾ ਕਰਕੇ 72 ਸਾਲਾਂ ਬਾਅਦ ਸ੍ਰੀ ਕਰਤਾਰਪੁਰ ਸਾਹਿਬ ਜੀ ਦਾ ਲਾਂਘਾ ਖੁੱਲਿਆ ਦੇਸ਼ਾਂ ਵਿਦੇਸ਼ਾਂ ਤੋਂ ਸੰਗਤਾਂ ਆਈਆਂ ਤੇ ਉਹਨਾਂ ਨੇ ਆਪਣੇ ਗੁਰੂਤਮ ਅੰਦੇ ਦਰਸ਼ਨ ਕੀਤੇ ਸਿਰਫ ਇਮਰਾਨ ਖਾਨ ਸਾਹਿਬ ਜੀ ਦੀ ਬਦੌਲਤ ਇੰਡੀਅਨ ਸਰਕਾਰ ਸ਼੍ਰੀ ਨਰਿੰਦਰ ਮੋਦੀ ਜੀ ਦਾ ਵੀ ਬਹੁਤ ਵੱਡਾ ਯੋਗਦਾਨ ਸੀ ਤੇ ਉਸ ਤੋਂ ਬਾਅਦ ਨਵਜੋਤ ਸਿੰਘ ਸਿੱਧੂ ਦਾ ਵੀ ਬਹੁਤ ਵੱਡਾ ਯੋਗਦਾਨ ਸੀ ਆਪਾਂ ਇਹਨਾਂ ਨੂੰ ਵੀ ਨਹੀਂ ਭੁੱਲ ਸਕਦੇ ਅੱਜ ਆਪਾਂ ਗੱਲ ਕਰਾਂਗੇ ਇਮਰਾਨ ਖਾਨ ਸਾਹਿਬ ਬਾਰੇ ਜੋ ਵੀ ਉਹਨਾਂ ਦੇ ਨਾਲ ਹੋਇਆ ਪਿਛਲੇ ਦਿਨੀ ਕਿਹਾ ਜਾ ਰਿਹਾ ਹੈ ਆਵੇਂ ਤੋਂ ਆਪਣੋ ਨੇ ਲੂਟਾ ਗੈਰੋਂ ਵਿੱਚਿਆ ਦਮ ਥਾ ਵੀ ਪੈਸਾ ਕੁਝ ਵੀ ਕਰਵਾ ਸਕਦਾ ਹੈ ਉਹਨਾਂ ਦੀ ਆਪਣੀ ਕੈਬਨਟ ਵਿਖ ਗਈ ਉਹਨਾਂ ਨੂੰ ਕਿਹਾ ਜਾ ਰਿਹਾ ਹੈ ਕਿ ਇੰਨੇ ਡਾਲਰ ਮਿਲੇ ਕਿ ਉਹਨਾਂ ਦੇ ਹੋਸ਼ ਛੱਡ ਗਏ ਤੇ ਉਹ ਵਿਕਨ ਤੇ ਮਜਬੂਰ ਹੋ ਗਏ ਤੇ ਪੈਸਾ ਕੁਝ ਵੀ ਕਰਵਾ ਸਕਦਾ ਆ ਇਮਰਾਨ ਖਾਨ ਸਾਹਿਬ ਇੱਕ ਸੱਚੇ ਸੁੱਚੇ ਇਨਸਾਨ ਸੀ ਜਿਨ੍ਹਾਂ ਦੇ ਉੱਪਰ ਹਜੇ ਤੱਕ ਕਿਸੇ ਵੀ ਤਰ੍ਹਾਂ ਦਾ ਕੋਈ ਵੀ ਇਲਜ਼ਾਮ ਨਹੀਂ ਲੱਗਿਆ ਸੀ ਪਿਛਲੇ ਦਿਨੀ ਇੰਡੀਆ ਦੀਆਂ ਸਿਫਤਾਂ ਕੀਤੀਆਂ ਗਈਆਂ ਜਿਹੜੀਆਂ ਕਿ ਇੱਕ ਵੱਡੇ ਮੁਲਕ ਅਮਰੀਕਾ ਨੂੰ ਚੁਬੀਆਂ ਕਿ ਪਾਕਿਸਤਾਨ ਨੇ ਇੰਡੀਆ ਦੀਆਂ ਸਿਫਤਾਂ ਕਿਉਂ ਕੀਤੀਆਂ ਸ਼੍ਰੀ ਨਰਿੰਦਰ ਮੋਦੀ ਜੀ ਦੀਆਂ ਸਿਫਤਾਂ ਕੀਤੀਆਂ ਕਿ ਉਹਨਾਂ ਦੇ ਰਸ਼ੀਆ ਦੇ ਨਾਲ ਕਿੰਨੇ ਵਧੀਆ ਸਬੰਧ ਸੀ ਅਮਰੀਕਾ ਦਾ ਸਾਥ ਨਹੀਂ ਦਿੱਤਾ Imran Khan ਵੱਲੋਂ ਰਸ਼ੀਆ ਦਾ ਤੇ ਚਾਈਨਾ ਦਾ ਜਿਹੜਾ ਕਿ ਦੌਰਾ ਕੀਤਾ ਗਿਆ ਤੇ ਦੌਰਾ ਉਸ ਦੌਰਾਨ ਕੀਤਾ ਗਿਆ ਜਦੋਂ ਰਸ਼ੀਆ ਨੇ ਯੂਕਰੇਨ ਦੇ ਉੱਪਰ ਹਮਲਾ ਕੀਤਾ ਪਰ ਜਿਹੜਾ ਇਹ ਸਮਾਂ ਲਿਆ ਗਿਆ ਸੀ ਰਸ਼ੀਆ ਤੇ ਚਾਈਨਾ ਤੋਂ ਇਹ ਬਹੁਤ ਟਾਈਮ ਪਹਿਲਾਂ ਲਿਆ ਗਿਆ ਸੀਗਾ ਇਹ ਦੌਰੇ ਦਾ ਟਾਈਮ ਜਿਹੜਾ ਸੀਗਾ ਨਿਕ ਤਰੀਕ ਲਈ ਗਈ ਸੀ ਪਹਿਲਾਂ ਲਈ ਗਈ ਸੀ ਪਰ ਅਚਾਨਕ ਜਿਹੜਾ ਕਿ ਰਸ਼ੀਆ ਨੇ ਯੂਕਰੇਨ ਦੇ ਉੱਪਰ ਹਮਲਾ ਕਰਤਾ ਤੇ ਜਿੰਨਾ ਵੀ ਸਾਰਾ ਮੀਡੀਆ ਆ ਖਾਸ ਕਰਕੇ ਅਮਰੀਕਨ ਮੀਡੀਆ ਉਹਨਾਂ ਨੂੰ ਮਸਾਲਾ ਮਿਲ ਗਿਆ ਤੇ ਉਹਨਾਂ ਨੇ ਇਹਨਾਂ ਗੱਲਾਂ ਨੂੰ ਬਹੁਤ ਵੱਡਾ ਬਣਾ ਕੇ ਪੇਸ਼ ਕੀਤਾ ਇਥੇ ਮੈਂ ਤੁਹਾਨੂੰ ਦੱਸ ਦੇਵਾਂ ਕਿ ਜਦੋਂ ਅਮਰੀਕਾ ਦੇ ਰਾਸ਼ਟਰਪਤੀ ਡੋਨਲਡ ਟਰੰਪ ਸੀਗੇ ਤਾਂ ਇਮਰਾਨ ਖਾਨ ਜੀ ਵੱਲੋਂ ਉਹਨਾਂ ਦੇ ਨਾਲ ਮੁਲਾਕਾਤ ਕੀਤੀ ਗਈ ਅਮਰੀਕਾ ਦੇ ਵਿੱਚ ਜਾ ਕੇ ਤੇ ਬਹੁਤ ਵਧੀਆ ਇਹਨਾਂ ਦੀ ਜਿਹੜੀ ਕਿ ਫਸਟ ਟਾਈਮ ਮੁਲਾਕਾਤ ਰਹੀ ਤੇ ਇਹਨਾਂ ਨੇ ਆ ਕੇ ਤਰੀਫਾਂ ਵੀ ਕੀਤੀਆਂ ਅਮਰੀਕਾ ਦੀਆਂ ਪਰ ਜਦੋਂ ਜੋ ਬਾਈਡਨ ਦੀ ਸਰਕਾਰ ਆਈ ਤੇ ਉਹਨਾਂ ਵੱਲੋਂ ਇੱਕ ਵੀ ਕਾਲ ਜਿਹੜੀ ਆ ਕੇ ইমরান ਖਾਨ ਜੀ ਨੂੰ ਨਹੀਂ ਕੀਤੀ ਗਈ ਤੇ ਉਹਨਾਂ ਨੇ ਅਕਸਰ ਆਪਣੀਆਂ ਇੰਟਰਵਿਊਆਂ ਦੇ ਦੌਰਾਨ ਵੀ ਇਸ ਗੱਲ ਦਾ ਜ਼ਿਕਰ ਕੀਤਾ ਕਿ ਅਮਰੀਕਾ ਵੱਲੋਂ ਉਹਨਾਂ ਨੂੰ ਹਜੇ ਤੱਕ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਕਾਲ ਨਹੀਂ ਆਈ ਜਦੋਂ ਅਫਗਾਨਿਸਤਾਨ ਤੋਂ ਅਮਰੀਕਾ ਨੇ ਆਪਣੀਆਂ ਫੌਜਾਂ ਕੱਢਣੀਆਂ ਸੀ ਤਾਂ ਪਾਕਿਸਤਾਨ ਨੇ ਉਸ ਤਰੀਕੇ ਦੇ ਨਾਲ ਮਦਦ ਨਹੀਂ ਕੀਤੀ ਅਮਰੀਕਾ ਦੀ ਜਿਸ ਤਰੀਕੇ ਦੇ ਨਾਲ ਅਮਰੀਕਾ ਚਾਹੁੰਦਾ ਸੀ ਤੇ ਇਸ ਤੋਂ ਵੀ ਜਿਹੜਾ ਅਮਰੀਕਾ ਨਾ ਖੁਸ਼ ਸੀਗਾ ਕਿਉਂਕਿ ਅਫਗਾਨਿਸਤਾਨ ਤੇ ਹੋ ਰਹੇ ਹਮਲੇ ਦਾ ਪਾਕਿਸਤਾਨ ਬਹੁਤ ਆਪਣਾ ਕਹਿ ਸਕਦਾ ਕਿ ਵਿਰੋਧ ਕਰ ਰਿਹਾ ਸੀ ਤਿੱਖੇ ਤਰੀਕੇ ਦੇ ਨਾਲ ਕਿ ਉਹ ਅਮਰੀਕਾ ਦੇ ਉਸ ਟਾਈਮ ਹੀ ਉਲਟ ਸੀਗਾ ਕਿ ਜੋ ਕੁਝ ਹੋ ਰਿਹਾ ਇਹ ਗਲਤ ਹੋ ਰਿਹਾ ਆ ਇਸ ਦੇ ਪਿੱਛੇ ਅਮਰੀਕਾ ਦਾ ਹੱਥ ਆ ਜੋ ਵੀ ਤਬਾਹੀ ਜਿਹੜੀ ਆ ਕਿ ਅਫਗਾਨਿਸਤਾਨ ਦੇ ਵਿੱਚ ਹੋ ਰਹੀ ਆ ਤੇ ਇਹਨਾਂ ਲੱਛਣਾ ਕਰਕੇ ਵੀ ਜਿਹੜਾ ਅਮਰੀਕਾ ਨਾ ਖੁਸ਼ ਸੀ ਇਸ ਟਾਈਮ Imran Khan ji ਵੱਲੋਂ ਇੱਕ ਇੰਟਰਵਿਊ ਦੇ ਦੌਰਾਨ ਸਿੱਧਾ ਸਪਸ਼ਟ ਸ਼ਬਦਾਂ ਦੇ ਵਿੱਚ ਅਮਰੀਕਾ ਨੂੰ ਟਾਰਗੇਟ ਕੀਤਾ ਗਿਆ ਉਹਨਾਂ ਨੇ ਕਿਹਾ ਗਿਆ ਕਿ ਇਸ ਦੇ ਪਿੱਛੇ ਅਮਰੀਕਾ ਦਾ ਬਹੁਤ ਵੱਡਾ ਹੱਥ ਆ ਜੋ ਵੀ ਉਹਨਾਂ ਦੇ ਨਾਲ ਉਹਨਾਂ ਨੇ ਕੀਤਾ ਹੈ ਤੇ ਇਸ ਦੀ ਜਿਹੜੀ ਪਲੈਨਿੰਗ ਆ ਇਹ ਬਹੁਤ ਟਾਈਮ ਤੋਂ ਚੱਲ ਰਹੀ ਸੀ ਤੇ ਉਹਨਾਂ ਦੀ ਜਿਹੜੀ ਪਲੈਨਿੰਗ ਆ ਹੋਣ ਇਹ ਕਾਮਯਾਬ ਹੋਗੀ ਆ ਤੇ ਹੁਣ ਜਿਹੜਾ ਆ ਪਾਕਿਸਤਾਨ ਦਾ ਕਿਹਾ ਜਾ ਰਿਹਾ ਕਿ ਵੀ ਹੋਰ ਵੀ ਜਿਹੜੇ ਹਾਲਾਤ ਖਰਾਬ ਹੋਣਗੇ ਜਿੱਥੇ ਉਹਨਾਂ ਨੇ ਹੁਣ ਪਾਕਿਸਤਾਨ ਨੂੰ ਉੱਪਰ ਚੱਕਿਆ ਸੀ ਵੀ ਪਾਕਿਸਤਾਨ ਦੇ ਵਿੱਚ ਕੀ ਕੋਸ਼ ਹੁੰਦਾ ਸੀਗਾ ਜਦੋਂ ਪਿਛਲੀਆਂ ਸਰਕਾਰਾਂ ਸੀ ਤੇ ਇਹਨਾਂ ਦੇ ਕਾਰਜਕਾਲ ਦੌਰਾਨ ਕਾਫੀ ਜਿਹੜਾ ਕਿ ਸੁਧਾਰ ਪਾਕਿਸਤਾਨ ਦੇ ਵਿੱਚ ਹੋਇਆ ਚਲੋ ਮੰਗਾਈ ਹਰ ਇੱਕ ਮੁਲਕ ਦੇ ਵਿੱਚ ਹੁੰਦੀ ਹੈ ਮੰਗਾਈ ਹੁਣ ਫਰਾਂਸ ਦੇ ਵਿੱਚ ਵੀ ਹੋ ਚੁੱਕੀ ਆ ਮੰਗਾਈ ਹਰ ਇੱਕ ਸਰਕਾਰ ਸਰਕਾਰ ਦਾ ਕੋਈ ਦੋਸ਼ ਨਹੀਂ ਲਾ ਜਦੋਂ ਕੁਝ ਵੀ ਪ੍ਰਭਾਵ ਪੈਂਦਾ ਉਹ ਸਾਰੇ ਮੁਲਕਾਂ ਤੇ ਹੀ ਪੈਂਦਾ ਸਾਰੇ ਮੁਲਕਾਂ ਦੇ ਵਿੱਚ ਮੰਗਾਈ ਹੁੰਦੀ ਆ ਇੰਡੀਆ ਦੇ ਵਿੱਚ ਵੀ ਮੰਗਾਈ ਹੋਈ ਆ ਉਸ ਦੇ ਵਿੱਚ ਆਪਾਂ ਸਰਕਾਰ ਨੂੰ ਦੋਸ਼ੀ ਨਹੀਂ ਕਰ ਸਕਦੇ ਇਹ ਮੇਰਾ ਮੰਨਣਾ ਹੈ ਬਾਕੀ ਹਰ ਇੱਕ ਦੀ ਆਪੋ ਆਪਣੀ ਜਿਹੜੀ ਹੈ ਕਿ ਰਏ ਹੈ ਤੇ ਹਰ ਇੱਕ ਆਪਣੇ ਹਿਸਾਬ ਨਾਲ ਸੋਚ ਸਕਦਾ ਹੈ। ਇਮਰਾਨ ਖਾਨ ਜੀ ਵੱਲੋਂ ਜਦੋਂ ਰਸ਼ੀਆ ਦਾ ਤੇ ਚਾਈਨਾ ਦਾ ਦੌਰਾ ਕੀਤਾ ਗਿਆ ਤੇ ਉਧਰੋਂ ਇੰਡੀਆ ਦੀਆਂ ਸਿਫਤਾਂ ਕੀਤੀਆਂ ਗਈਆਂ ਤੇ ਅਮਰੀਕਾ ਨੂੰ ਇਹ ਬਰਦਾਸ਼ਤ ਨਹੀਂ ਹੋਇਆ ਕਿ ਇਹ ਚਾਰੇ ਮੌਲਕ ਜਿਹੜੇ ਏਸ਼ੀਆ ਦੇ ਨੇ ਇਹ ਇਕੱਠੇ ਹੋਣ ਜਾ ਰਹੇ ਹੈ ਤੇ ਚਾਰੇ ਮੌਲਕ ਜਿਹੜੇ ਆ ਕਿ ਇਹ ਵੱਡੇ ਆ ਤੇ ਇਹ ਕਿਤੇ ਅਮਰੀਕਾ ਦੇ ਖਿਲਾਫ ਨਾ ਹੋ ਜਾਣ ਤੇ ਉਹਨਾਂ ਨੇ ਜਿਹੜੀ ਕਿ ਫੁੱਟ ਪਾਉਣੀ ਠੀਕ ਸਮਝੀਏ ਕਿ ਜਿਹੜੇ ਵੱਡੇ ਮੁਲਕ ਨੇ ਜਿਹੜੇ ਆਪਣੇ ਆਪ ਨੂੰ ਦੁਨੀਆ ਦਾ ਲੰਬੜਦਾਰ ਸਮਝਦੇ ਨੇ ਤੇ ਉਹ ਲੰਬੜਦਾਰ ਹਮੇਸ਼ਾ ਚਾਹੁੰਦਾ ਹੈ ਕਿ ਕੋਈ ਨਾ ਕੋਈ ਪਿੰਡ ਦੇ ਵਿੱਚ ਲੜਦਾ ਰਹੇ ਤਾਂ ਜੋ ਉਹਦੀ ਪੁਸ਼ਗਿਸ਼ ਹੁੰਦੀ ਰਹੇ ਤੇ ਉਹਨੂੰ ਲੋਕੀ ਫੈਸਲੇ ਕਰਾਉਣ ਲਿਆਂਦੇ ਰਹਿਣ ਤੇ ਇਹੀ ਕੰਮ ਅਮਰੀਕਾ ਕਰ ਰਿਹਾ ਹੈ ਕਿ ਲੜਾਈ ਉਹ ਚਾਹੁੰਦਾ ਹੈ ਕਿ ਦੁਨੀਆ ਦੇ ਵਿੱਚ ਕਿਸੇ ਨਾ ਕਿਸੇ ਮੁਲਕ ਦੇ ਵਿੱਚ ਲੱਗੀ ਰਹੇ ਕੋਈ ਨਾ ਕੋਈ ਮੁਲਕ ਤਬਾਹ ਹੁੰਦਾ ਰਹੇ ਤੇ ਉਸ ਦੀ ਜਿਹੜੀ ਕਿ ਪੁਸ਼ਗਿਸ਼ ਹੁੰਦੀ ਰਹੇ ਤੇ ਬਾਕੀ ਇਮਰਾਨ ਖਾਨ ਸਾਹਿਬ ਨੇ 1987 ਦੇ ਵਿੱਚ ਜਿਹੜਾ ਕਿ ਸੰਿਆਸ ਲੈਣਾ ਸੀਗਾ cricket ਤੋਂ ਤੇ ਉਦੋਂ ਉਹਨਾਂ ਨੂੰ ਸਿਆਸੀ ਪਾਰਟੀਆਂ ਵੱਲੋਂ ਹੀ ਦਬਾਅ ਪਾਇਆ ਗਿਆ ਕਿ ਤੁਸੀਂ ਸੰਿਆਸ ਨਾ ਲਓ cricket ਤੋਂ ਤੇ 1992 ਦੇ ਵਿੱਚ ਜਿਹੜਾ ਕਿ ਐਜ਼ ਅ ਕੈਪਟਨ ਇਹਨਾਂ ਨੇ ਟੀਮ ਨੂੰ ਹੈਂਡਲ ਕੀਤਾ cricket ਦੀ ਨੂੰ ਇਮਰਾਨ ਖਾਨ ਜੀ ਨੇ ਤੇ ਇਹਨਾਂ ਦੀ ਬਦੌਲਤ ਹੀ ਪਾਕਿਸਤਾਨ ਨੇ ਪਹਿਲਾ ਵਿਸ਼ਵ ਕੱਪ ਜਿਹੜਾ cricket ਦੇ ਵਿੱਚ ਜਿੱਤਿਆ ਸੀ ਤੇ ਉਸ ਤੋਂ ਬਾਅਦ ਸਿਆਸੀ ਪਾਰਟੀਆਂ ਨੇ ਇਹਨਾਂ ਤੇ ਦਬਾਅ ਪਾਇਆ ਕਿ ਤੁਸੀਂ ਪਾਰਟੀਆਂ ਜੁਆਇਨ ਕਰੋ ਪਰ ਇਹਨਾਂ ਵੱਲੋਂ ਨਾ ਨੁਕਰ ਕੀਤੀ ਗਈ ਤੇ ਪਰ ਫਿਰ ਵੀ ਜਿਹੜਾ ਕਿ ਕਾਫੀ ਜ਼ੋਰ ਪਾਉਣ ਤੇ باوجود ਫਿਰ ਇਹਨਾਂ ਨੂੰ ਜੁਆਇਨ ਕਰਨੀ ਪਈ ਪਾਰਟੀ ਤੇ ਉਸ ਉਦੋਂ ਤੋਂ ਹੀ ਇਹ 1992 ਤੋਂ ਹੀ ਲੱਗੇ ਹੋਏ ਨੇ ਸੱਤਾ ਦੇ ਵਿੱਚ ਨੇ ਤੇ ਤੁਹਾਡੇ ਸਾਹਮਣੇ ਹੀ ਆ ਕਿ ਅੱਜ ਇਹਨਾਂ ਦੇ ਨਾਲ ਜੋ ਕੁਝ ਵੀ ਹੋਇਆ ਤੇ ਉਹਨਾਂ ਦੀ ਇੰਨੇ ਸਾਲਾਂ ਦੀ ਮਿਹਨਤ ਜਿਹੜੀ ਆ ਕਿ ਇੱਕ ਪੈਸਾ ਜਿਹੜਾ ਕਿ ਕਿਹਾ ਗਿਆ ਰਿਹਾ ਹੈ ਕਿ ਉਹੋ ਬਰਬਾਦ ਕਰ ਗਿਆ ਵੀਡੀਓ ਵਧੀਆ ਲੱਗੀ ਤਾਂ ਵੀਡੀਓ ਨੂੰ ਸ਼ੇਅਰ ਜ਼ਰੂਰ ਕਰ ਦਿਓ ਵੀਡੀਓ ਘਰ-ਘਰ ਤੱਕ ਪਹੁੰਚਾਓ ਹਰ ਇੱਕ WhatsApp ਦੇ ਗਰੁੱਪਾਂ ਤੱਕ ਪਹੁੰਚਾਓ ਜਿਹੜੀਆਂ ਗੱਲਾਂ ਨੇ ਇਹ ਤੁਹਾਨੂੰ ਕਿਸੇ ਟੀਵੀ ਚੈਨਲ 'ਤੇ ਦੱਸਣੀਆਂ ਮੈਂ ਆਪਣੇ ਪੇਜ ਰਾਹੀਂ ਤੁਹਾਨੂੰ ਦੱਸ ਰਿਹਾ ਹਾਂ ਤੇ ਵੀਡੀਓ ਨੂੰ ਸ਼ੇਅਰ ਕਰ ਦਿਓ ਸਾਰੇ ਮੇਰੇ ਪਾਕਿਸਤਾਨੀ ਵੀਰਾਂ ਨੂੰ ਚਾਹੀਦਾ ਹੈ ਕਿ ਇਮਰਾਨ ਖਾਨ ਸਾਹਿਬ ਦਾ ਸਾਥ ਦੇਵੋ ਇਸ ਵੀਡੀਓ ਨੂੰ ਸ਼ੇਅਰ ਕਰੋ ਸਾਰੇ ਮੇਰੇ ਪਾਕਿਸਤਾਨੀ ਵੀਰਾਂ ਤੇ ਭੈਣਾਂ ਨੂੰ ਸਲਾਮ ਵਾਲੇਕੁਮ ਸਤਿ ਸ੍ਰੀ ਅਕਾਲ ਨਮਸਤੇ ਮਿਲਦੇ ਆਂ ਅਗਲੀ ਵੀਡੀਓ ਦੇ ਵਿੱਚ ਆਪਣਾ ਖਿਆਲ ਰੱਖੇ